ਮੋਗਾ ਜ਼ਿਲ੍ਹਾ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਵਿਖੇ ਕਾਂਗਰਸੀ ਆਗੂ ਅਤੇ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਗਰਗ ਜੋਲੀ ਦੀ ਇਨੋਵਾ ਗੱਡੀ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸਾੜ ਦਿੱਤੀ ਗਈ। ਇਸ ਮਾਮਲੇ ਵਿੱਚ ਨਿਹਾਲ ਸਿੰਘ ਵਾਲਾ ਦੀ ਪੁਲਿਸ ਲੋੜੀਂਦੀ ਦੀ ਕਾਰਵਾਈ ਕਰ ਰਹੀ ਹੈ। ਇਸ ਸੰਬੰਧੀ ਗੱਲਬਾਤ ਕਰਦੇ ਪ੍ਰਧਾਨ ਇੰਦਰਜੀਤ ਗਰਗ ਜੋਲੀ ਨੇ ਦੱਸਿਆ ਕਿ ਉਸ ਨੂੰ ਪਿਛਲੇ ਲੰਬੇ ਸਮੇਂ ਤੋਂ ਕੁਝ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ। ਇਸ ਸੰਬੰਧੀ ਉਸ ਵੱਲੋਂ ਪਹਿਲਾਂ ਵੀ ਪੁਲਿਸ ਨੂੰ ਸੂਚਿਤ ਕੀਤਾ ਜਾ ਚੁੱਕਾ ਸੀ। 3 ਵਜੇ ਦੋ ਜਿਹੜੇ ਸਾਡੇ CCTV ਫੁਟੇਜ ਆਏ ਆ, ਦੋ ਨੌਜਵਾਨ ਮੇਰੀ ਕਾਰ ਨੂੰ ਮਿੱਟੀ ਦਾ ਤੇਲ ਪਾ ਕੇ ਜਾਂ ਪਤੀਲ ਪਾ ਕੇ ਅੱਗ ਲਗਾ ਕੇ ਗਏ ਆ, ਲੇਕਿਨ ਇਹ ਪਿੱਛੇ 10-15 ਦਿਨ ਤੋਂ ਸਾਨੂੰ ਲਗਾਤਾਰ ਧਮਕੀਆਂ ਆ ਰਹੀਆਂ ਗੈਂਗਸਟਰਾਂ ਦੀਆਂ ਪ੍ਰਾਪਰਟੀ ਵਾਸਤੇ ਜਾਂ ਮੇਰਾ ਪਰਿਵਾਰ ਦਾ ਜਾਂ ਮੇਰਾ ਜਾਨੀ ਨੁਕਸਾਨ ਕਰਨਾ। ਆਪਨੇ ਕਿਹਾ ਪੁਲਿਸ ਕੋ ਕੰਪਲੇਂਟ ਕੀਤਾ ਇਸ ਬਾਰੇ? 2 ਮਾਰਚ ਨੂੰ ਮੈਂ SSP ਮੋਗਾ ਨੂੰ ਕੰਪਲੇਂਟ ਕੀਤੀ ਸੀ। ਉਹਨਾਂ ਨੇ ਮੈਨੂੰ ਅਧਿਆਤਮਵਾਦ ਨੂੰ ਕਿਹਾ ਸੀਗਾ, ਪਬਲਿਕ ਪਲੇਸ 'ਤੇ ਜਾਣ ਤੋਂ ਮਨਾ ਕੀਤਾ ਸੀ ਅਤੇ ਜਾਂ ਮੈਨੂੰ ਸਿਕਿਉਰਿਟੀ ਗਾਰਡ ਵੀ ਦਿੱਤੇ ਡੇ ਟੂ ਡੇ। ਉਹ ਤੋਂ ਬਾਅਦ ਮੈਨੂੰ ਜਿਹੜੇ ਧਮਕੀਆਂ ਆਉਂਦੀਆਂ ਮੈਂ ਉਹਨਾਂ ਦੀ ਉਹਨਾਂ ਨੂੰ ਲਗਾਤਾਰ ਸੂਚਨਾ ਦਿੰਦਾ ਰਹੀ। ਆਪਕੋ ਕਿਆ ਲੱਗਦਾ ਕਿਆ ਕਾਰਨ ਉਸ ਦਾ ਜੋ ਆਪਕੋ ਹੀ ਟਾਰਗੇਟ ਕੀਤਾ ਗਿਆ ਇਸ ਲਈ? 3-4 ਥਿਊਰੀਆਂ ਜੀ, ਇਹਦੇ ਧੜੇਬੰਦੀ, ਪੋਲੀਟੀਕਲੀ, ਵਪਾਰਕ, ਇਹ ਹੈ। ਉਹ ਸਾਰਾ ਵੱਡਾ ਮਾਹੌਲ ਜੇ ਹੈ ਸਾਡੇ ਸ਼ਹਿਰ 'ਚ ਡਰ ਦਾ ਮਾਹੌਲ ਪੈਦਾ ਹੋਇਆ ਸੀ। ਸਾਡੇ ਹੋਰ ਸਾਥੀਆਂ ਨੂੰ ਵੀ ਆਈਆਂ, ਉਸ ਤੋਂ ਸਾਨੂੰ ਪਤਾ ਲੱਗਦਾ ਉਹ ਧੜੇਬੰਦੀ ਹੈ। ਪਿਛਲੇ 2016 'ਚ ਵੀ ਸਾਡੇ ਧੜੇ ਨੂੰ ਇਹ ਧਮਕੀਆਂ ਆਈਆਂ ਸੀ, ਖਾਸ ਕਰ ਜਦੋਂ ਆਹ ਟੈਂਡਰ ਪੈਂਦੇ ਹੈ ਉਦੋਂ ਧਮਕੀਆਂ ਆਉਂਦੀਆਂ। 2-3 ਅਸੀਂ ਕਾਰਨ ਸੋਚਦੇ ਹਾਂ, ਵਪਾਰਕ ਵੀ ਸੋਚਦੇ ਹਾਂ, ਸਿਆਸੀ ਵੀ ਸੋਚਦੇ ਹਾਂ, ਔਰ ਖਾਸ ਵੱਡੇ ਧੜੇਬੰਦੀ ਵਾਲੇ। ਇਹ ਜੋ ਘਟਨਾ ਹੋਈ ਆਪਕੋ ਕੈਸੇ ਪਤਾ ਚੱਲਾ ਇਸਕਾ? ਇਹ ਮੈਨੂੰ ਸਾਡੇ ਗੁਆਂਢੀ ਨੇ ਦੱਸਿਆ, ਜੋ ਰਾਤ ਨੂੰ ਜੋ ਫਾਇਰ ਹੋ ਰਿਹਾ ਸੀ ਅਤੇ ਗੱਡੀ ਦਾ ਸਾਇਰਨ ਚੱਲ ਰਿਹਾ ਸੀਗਾ ਅਲਾਰਮ, ਉਹਨੂੰ ਦੱਸਿਆ। ਫਿਰ ਅਸੀਂ ਆ ਕੇ ਇਹਨੂੰ ਅੱਗ ਨੂੰ ਬਜਾਇਆ, ਕਾਬੂ ਪਾਇਆ। ਲੋਕਲ ਪੁਲਿਸ DSP ਨਿਹਾਲ ਸਿੰਘ ਵਾਲਾ ਉਹ ਮੌਕੇ 'ਤੇ ਪਹੁੰਚ ਗਏ 3:15 ਵਜੇ। ਉਹਨਾਂ ਨੇ ਬਹੁਤ ਜਦੋਜਹਿਦ ਕੀਤੀ ਕਿ ਅਸੀਂ ਅੱਗ 'ਤੇ ਕਾਬੂ ਪਾਇਆ। ਅਬ ਆਪਕੀ ਪੁਲਿਸ ਔਰ ਪ੍ਰਸ਼ਾਸਨ ਸੇ ਕਿਆ ਮੰਗ ਹੈ? ਮੈਂ ਉਹਨਾਂ ਨੂੰ ਨਾਂ ਦੱਸਦਾ ਸੀਗਾ ਗੈਂਗਸਟਰ ਦਾ, ਜਿਹੜੇ 22 ਨੇਮ ਉਹਨਾਂ ਦੀਆਂ ਧਮਕੀਆਂ ਆਉਂਦੀਆਂ। ਇੱਥੋਂ ਤੱਕ ਖੁੱਲ੍ਹੇ ਦਿਲ ਨਾਲ ਧਮਕੀਆਂ ਕਰਦੇ ਆ, ਨਿਡਰ ਹੋ ਕੇ ਵੀਡੀਓ ਕਾਲ ਵੀ ਕਰਦੇ ਆ ਵੀ ਸਾਡਾ ਫੇਸ ਪਹਿਚਾਣ ਲਾ ਵੀ ਐਵੇਂ ਸਾਨੂੰ ਗਲਤ ਨਾ ਸਮਝ ਲਈ, ਵੀ ਐਵੇਂ ਲੰਡੀ ਛੱਲੀ ਨਾ ਸਮਝ ਲਈ ਵੀ ਅਸੀਂ ਵੀ ਜਿਹੜੇ ਭਗੌੜੇ ਗੈਂਗਸਟਰ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਸੂਤਰਾਂ ਅਨੁਸਾਰ ਪ੍ਰਧਾਨ ਇੰਦਰਜੀਤ ਗਰਗ ਨੇ ਗੱਡੀ ਘਰ ਦੇ ਬਾਹਰ ਖੜ੍ਹੀ ਕੀਤੀ ਹੋਈ ਸੀ ਅਤੇ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਗੱਡੀ ਨੂੰ ਅੱਗ ਦੀ ਭੇਟ ਚੜਾ ਦਿੱਤਾ। ਅੱਗ ਕਿਸਨੇ ਅਤੇ ਕਿਉਂ ਲਗਾਈ ਇਸ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਦੋਸਤੋ, ਇਸ ਖਬਰ 'ਤੇ ਤੁਹਾਡੀ ਕੀ ਰਾਏ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸਣਾ।